ਵਿੱਚ ਦੋ ਨਾਬਾਲਿਗ ਬੱਚਿਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇੱਕ ਅਧੇੜ ਉਮਰ ਦੇ ਮੁਲਜ਼ਮ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਗੁਰਦੁਆਰਾ ਸਾਹਿਬ ਵਿਖੇ ਬਤੌਰ ਸੇਵਾਦਾਰ ਕੰਮ ਕਰਦਾ ਸੀ, ਜਿੱਥੇ ਉਸ ਵੱਲੋਂ ਆਪਣੇ ਕਮਰੇ ਵਿੱਚ ਇੱਕ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਨਿੰਦਿਆ ਕੀਤੀ ਜਾ ਰਹੀ ਹੈ। ਇੱਥੋਂ ਸ਼ਹਿਰ ਦੀਆਂ ਤਿੰਨ ਨਾਬਾਲਗ ਲੜਕੀਆਂ ਸੀਗੀਆਂ, ਉਹ ਨਾਨਕਸਰ ਖੜ ਗਈਆਂ ਸੀ। ਉੱਥੇ ਉਹਨਾਂ ਨੇ ਜਦੋਂ ਰਾਤ ਨੂੰ ਮਨਜੀਤ ਸਿੰਘ ਬਾਬੇ ਦੇ ਉਹ ਨਾਲ ਸੰਪਰਕ ਹੋਇਆ, ਉਹ ਆਪਣੇ ਉਹਨਾਂ ਨੂੰ ਕਮਰੇ 'ਚ ਲੈ ਗਿਆ ਅਤੇ ਜਦੋਂ ਰਾਤ ਨੂੰ ਉਹਨਾਂ ਦੇ ਨਾਲ ਜਿਹੜਾ ਉਹ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹਨਾਂ ਨੇ ਉਹਦੇ ਨਾਲ ਬਾਬੇ ਵੱਲੋਂ ਜਿਹੜੀਆਂ ਨਾਬਾਲਗ ਲੜਕੀ ਨਾਲ ਜਿਹੜੀ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਬਟ ਉਹ ਉਸ ਕੰਮ ਸਫਲ ਨਹੀਂ ਹੋਇਆ ਸੀ। ਉਹਨਾਂ ਨੂੰ ਬਾਅਦ 'ਚ ਉੱਥੋਂ ਲਿਆ ਕੇ ਉਹ ਲੜਕੀਆਂ ਉਹਦੇ ਚੁਗਲ 'ਚੋਂ ਆ ਕੇ ਬਾਹਰ ਉਹਨਾਂ ਦੇ ਘਰ ਆਈਆਂ, ਘਰ ਆ ਕੇ ਉਹਨਾਂ ਦੇ ਮਾਂ ਬਾਪ ਨੂੰ ਸਾਰੀ ਗੱਲ ਦੱਸੀ। ਅਸੀਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਬਿਆਨ 'ਤੇ ਮੁਕਦਮਾ ਦਰਜ ਕਰਕੇ ਬਾਬੇ ਦੀ ਜਿਹੜੀ ਗ੍ਰਿਫਤਾਰੀ ਪਾ ਲਈ ਹੈ ਅਤੇ ਤਫਤੀਸ਼ ਕਰ। ਅਤੇ ਸਰ ਲੜਕੀਆਂ ਦੀ ਉਮਰ ਕਿੰਨੀ ਸੀ? ਲੜਕੀਆਂ ਮਾਈਨਰ ਨੇ, ਇੱਕ ਲੜਕੀ 12 ਸਾਲ ਦੀ ਹੈ, ਕੋਈ 9 ਸਾਲ 8 ਸਾਲ ਇਸ ਤਰ੍ਹਾਂ ਦੀ ਲੜਕੀਆਂ ਛੋਟੀ ਉਮਰ। ਅਤੇ ਮਨਜੀਤ ਸਿੰਘ ਸਰ ਰਹਿੰਦਾ ਕਿੱਥੇ ਸੀਗਾ? ਕਿੱਥੇ ਵਾਰਡ? ਨਾਨਕਸਰ ਸਰ। ਗੁਰਦੁਆਰੇ ਦੇ ਵਿੱਚ? ਗੁਰਦੁਆਰੇ। ਲੜਕੀਆਂ ਕਿੱਥੋਂ ਦੀਆਂ ਸੀਗੀਆਂ? ਲੜਕੀਆਂ ਮੋਗੇ। ਉੱਥੇ ਕਮਰਾ ਕਮਰਾ ਵਗੈਰਾ ਸੀਗਾ ਜੀ? ਉਹਦੇ ਕੋਲ ਰਹਿਣ ਵਾਸਤੇ ਆਪਦਾ ਕਮਰਾ ਜੀ। ਅਤੇ ਸੇਵਾਦਾਰ ਵਗੈਰਾ ਸੀਗੇ? ਉੱਥੇ ਸੇਵਾਦਾਰ।